ਸਪੋਕਸਮੈਨ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਪਨੇਸਰ ਹਰਿੰਦਰ। ਅੱਜ 25 ਅਕਤੂਬਰ ਹੈ। 25 ਅਕਤੂਬਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਸਿੱਖ ਵਿੰਗ ਹੈ, ਜਿਹੜਾ RSS ਆਪਾਂ ਕਹਿ ਲਈਏ, ਰਾਸ਼ਟਰੀ ਸਿੱਖ ਸੰਗਤ, ਉਹ ਮਨਾ ਰਹੇ ਹੈ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਦਿੱਲੀ ਵਿਖੇ, ਜਿਹਦੇ ਬਾਰੇ ਸਿੱਖ ਸੰਗਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀਗਾ ਬੜੀ ਦੇਰ ਤੋਂ। ਅਤੇ ਅਕਾਲ ਤਖ਼ਤ ਸਾਹਿਬ ਤੋਂ ਵੀ ਜਿਹੜਾ ਹੁਕਮ ਜਾਰੀ ਹੋਇਆ ਸੀ ਉਹ ਵੀ ਇਹੀ ਹੋਇਆ ਸੀ ਕਿ ਉਹਨਾਂ ਦਾ ਸਾਨੂੰ ਸਾਥ ਨਹੀਂ ਦੇਣਾ ਚਾਹੀਦਾ, ਪਰ ਉਹਦੇ ਬਾਵਜੂਦ ਕੁਝ ਸਿੱਖ ਹੈ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਹਾਂ। ਅੱਜ ਅਸੀਂ ਲੋਕਾਂ ਨੂੰ ਇਹ ਗੱਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ RSS ਇਹਦੇ ਪਿੱਛੇ ਕੀ ਮੰਤਵ ਨਾਲ ਚੱਲ ਰਿਹਾ, ਸਿੱਖਾਂ ਨੂੰ ਉੱਧਰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ। ਇਹਨਾਂ ਸਾਰੀਆਂ ਗੱਲਾਂ ਉੱਪਰ ਵਿਚਾਰ ਕਰਨ ਲਈ ਅੱਜ ਅਸੀਂ ਕੁਝ ਯੂਥ ਨਾਲ ਗੱਲ ਕਰਾਂਗੇ, ਨੌਜਵਾਨਾਂ ਨਾਲ, ਕੁਝ ਸੀਨੀਅਰ ਬੰਦਿਆਂ ਨਾਲ ਗੱਲ ਕਰਾਂਗੇ। RSS ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਜਿਹੜਾ ਸਿੱਖ ਪਾਰਟ ਹੈ, ਸਿੱਖੀ ਵਾਲਾ ਪਾਰਟ ਜਿਹਨੂੰ ਸ਼ੋਅ ਕਰਦੇ ਨੇ, ਰਾਸ਼ਟਰੀ ਸਿੱਖ ਸੰਗਤ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਦਿੱਲੀ, ਅਤੇ ਸਿੱਖ ਸੰਗਤ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ, ਪੰਜਾਬ ਭਰ ਤੋਂ, ਦੁਨੀਆ ਭਰ ਤੋਂ ਵਿਰੋਧ ਕੀਤਾ ਜਾ ਰਿਹਾ। ਕੁਝ ਸਿੱਖ ਐਸੇ ਵੀ ਹੈਗੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਨੇ, ਅਤੇ ਅਕਾਲ ਤਖ਼ਤ ਦਾ ਹੁਕਮ ਹੈ ਜਿਹੜਾ ਉਹ ਵੀ ਇਹਨਾਂ ਦੇ ਐਂਟੀ ਸੀਗਾ ਕਿ ਸਾਨੂੰ ਉਹਨਾਂ ਨਾਲ ਸਾਥ ਨਹੀਂ ਦੇਣਾ ਚਾਹੀਦਾ, ਉਹਨਾਂ ਦੇ ਸਮਾਗਮਾਂ 'ਚ ਨਹੀਂ ਸ਼ਾਮਿਲ ਹੋਣਾ ਚਾਹੀਦਾ। ਤੁਹਾਡਾ ਕੀ ਮੰਨਣਾ? ਹਾਂ, ਵੈਸੇ ਹੋਣਾ ਤਾਂ ਨਹੀਂ ਚਾਹੀਦਾ ਗਾ ਇਹਨਾਂ ਦੇ, ਮਤਲਬ ਜਿਹੜੇ, ਕਿਉਂਕਿ ਆਰਗੂਮੈਂਟ ਉਹ ਦਿੰਦੇ ਆ ਨਾ ਕਿ ਜਿਹੜੀ ਕੀ ਕਹਿੰਦੇ ਹੁੰਦੇ ਆ, ਸਿੱਖ ਜਾਂ ਖਾਲਸਾ ਬਣਿਆ ਆ ਇਹ ਹਿੰਦੂਆਂ ਦੀ ਰਾਖੀ ਲਈ ਬਣਿਆ ਆ, ਇਹੋ ਜਿਹੇ ਝੁੱਡੂ ਜਿਹੇ ਆਰਗੂਮੈਂਟ ਦੇ ਕੇ ਉਹ ਕਹਿੰਦੇ ਆ ਕਿ ਹਾਂਜੀ ਅਸੀਂ ਮਤਲਬ ਗੁਰੂ ਗੋਬਿੰਦ ਸਿੰਘ ਤਾਂ ਕਰਕੇ ਅਸੀਂ ਗੁਰੂ ਗੋਬਿੰਦ ਸਿੰਘ ਦਾ ਮਨਾਇਆ ਆ, ਠੀਕ ਹੈ, ਪਰ ਉਹ ਪੰਜਾਬ ਦੇ ਬਾਰ ਬਾਰ ਇਹੋ ਜਿਹੇ ਆਰਗੂਮੈਂਟ ਦੇ ਕੇ ਜਿਹੜੇ ਉਹ ਲੋਕ ਹੈਗੇ ਜਿਨ੍ਹਾਂ ਤੱਕ ਸਾਡੀ ਪਹੁੰਚ ਨਹੀਂ ਗਈ, ਉਹਨਾਂ ਨੂੰ ਆਪਦੇ 'ਚ ਲੈ ਕੇ ਆਉਣਾ ਚਾਹੁੰਦੇ ਆ। ਇਹਦੇ ਵਿੱਚ ਅਕਾਲ ਤਖ਼ਤ ਨੇ ਹੁਣ ਕਲੀਅਰ ਕੀਤਾ ਕਿ ਹਾਂ ਅਸੀਂ ਨਹੀਂ ਜਾਣਾ ਗਾ, ਠੀਕ ਹੈ, ਪਰ ਜਿਹੜੇ ਮਤਲਬ ਉੱਥੇ ਗਏ ਆ, ਕੀ ਅਕਾਲ ਤਖ਼ਤ ਉਹਨਾਂ ਨੂੰ ਸਵਾਲ ਪੁੱਛੇਗਾ ਹੁਣ ਕਿ ਉਹਨਾਂ ਨੂੰ ਦੁਬਾਰਾ ਅਕਾਲ ਤਖ਼ਤ ਸੱਦੇਗਾ ਕਿ ਹਾਂ ਤੁਸੀਂ ਕਿਉਂ ਗਏ ਆ? ਜਦੋਂ ਅਕਾਲ ਤਖ਼ਤ ਜਦੋਂ ਸਰਸੇ ਵਾਲੇ ਵੱਲ ਗਏ ਆ ਅਕਾਲੀ ਲੀਡਰ, ਉਹਨਾਂ ਨੂੰ ਆ ਕੀ ਕਹਿੰਦੇ ਹੁੰਦੇ ਆ, ਕਿਸੇ ਨੂੰ ਝਾੜੂ ਮਾਰਨ ਦੀ ਕੋਈ ਸਜ਼ਾ ਹੁੰਦੀ, ਕਿ ਉਹਨਾਂ ਨੂੰ ਕੋਈ ਸਜ਼ਾ ਲਾਉਣ ਦਾ ਜਾਂ ਉਹ ਹੈਗਾ ਅਕਾਲ ਤਖ਼ਤ ਕੋਲ? ਮੈਂ ਕਹਾਂਗਾ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਆ, ਸਿੱਖਾਂ ਦਾ ਜੁਡੀਸ਼ੀਅਲ ਸਿਸਟਮ ਆ, ਉਹ ਵੀ ਕਿਤੇ ਨਾ ਕਿਤੇ ਵੀਕ ਹੈ। ਹਾਂ, ਕਿਉਂਕਿ ਮਤਲਬ ਜੇ ਕੋਈ ਸਿੱਖ ਅਕਾਲ ਤਖ਼ਤ ਦੇ ਹੁਕਮ ਤੋਂ ਬਾਅਦ ਉੱਥੇ ਜਾਣਾ ਸੋਚ ਰਿਹਾ ਆ, ਇਹਦਾ ਮਤਲਬ ਬਹੁਤ ਜ਼ਿਆਦਾ ਵੀਕ ਆ, ਇਹਦੇ ਮਤਲਬ ਉਹਦੇ ਤਾਂ ਸਿਧਾਂਤਕ ਗੜਬੜੀ ਆ ਨਾ, ਕਿ ਜੇ ਅਕਾਲ ਤਖ਼ਤ ਦਾ ਹੁਕਮ ਆ ਬਸ ਉਸੇ ਬਾਅਦ ਤਾਂ ਸੋਚਿਆ ਹੀ ਨਹੀਂ ਜਾ ਸਕਦਾ ਉਸ 'ਤੇ ਕਿ ਹਾਂ ਜਾਣਾ ਜਾਂ ਨਹੀਂ ਜਾਣਾ, ਬਸ ਨਹੀਂ ਜਾਣਾ ਅਕਾਲ ਤਖ਼ਤ ਨੇ ਕਹਿਤਾ, ਅਤੇ ਜੇ ਫਿਰ ਵੀ ਜਾ ਰਿਹਾ ਫਿਰ ਅਕਾਲ ਤਖ਼ਤ ਨੂੰ ਉਹਨਾਂ ਸਿੱਖਾਂ ਤੋਂ ਜਾਂ ਉਹਨਾਂ ਨਕਲੀ ਸਿੱਖਾਂ ਤੋਂ ਘੱਟ ਤੋਂ ਘੱਟ ਜਵਾਬਦੇਹੀ ਮੰਗਣੀ ਚਾਹੀਦੀ ਕਿ ਬਈ ਹਾਂ ਕਿਉਂ ਤੁਸੀਂ ਕਿਉਂ ਗਏ ਆ, ਇਹ ਮੈਂ ਕਹਾਂ। ਤੁਹਾਨੂੰ ਕੀ ਲੱਗਦਾ ਕਿ RSS ਦਾ ਮੋਟਿਵ ਕੀ ਆ? ਇਹ ਹਰ ਵਾਰੀ ਜਿਹੜੀ ਕੰਟਰੋਵਰਸੀ ਹੁੰਦੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੁੜਦੀ ਆ, ਚਾਹੇ ਦਸਮ ਗ੍ਰੰਥ ਦਾ ਇਸ਼ੂ ਹੋਵੇ ਅਤੇ ਚਾਹੇ ਚੰਡੀ ਦੀ ਵਾਰ ਨੂੰ ਲੈ ਕੇ ਵੀ ਕੁਝ ਇਸ਼ੂ ਬਣਦੇ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜਿਹੜੇ ਇਸ਼ੂ ਜੁੜਦੇ ਆ ਇਹ ਕੋਇਨਸੀਡੈਂਸ ਆ ਜਾਂ ਕੋਈ ਇਹ ਗੇਮ ਪਲੋਟ ਕੀਤੀ ਜਾਂਦੀ ਆ, ਪ੍ਰੋਪਰ ਇਹਦੇ ਪਿੱਛੇ ਕੋਈ ਪਲਾਨ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਇਹ ਚੀਜ਼ਾਂ ਜੋੜੀਆਂ ਜਾਣ? ਇਹ RSS ਇਕੱਲਾ ਇਹਨਾਂ ਨਾਲ ਨਹੀਂ ਗਾ, ਮਤਲਬ ਇਹ ਜਿਹੜਾ ਪੂਰੀ ਦੀ ਪੂਰੀ ਇਹਨਾਂ ਦੀ ਸੋਚ ਆ, ਇਹਨਾਂ ਦੀ ਕੌਮਾਂ ਸੋਚ ਆ, ਕਿ ਜਿਵੇਂ ਇੱਕ ਸੈਂਟੈਂਸ ਹੁੰਦਾ ਉਹਦੇ ਪਿੱਛੇ ਕੌਮਾਂ ਲੱਗਿਆ, ਕੌਮਾਂ ਤੋਂ ਮਤਲਬ ਕਿ ਉਹਦੇ 'ਚ ਹੋਰ ਆਉਣ ਦੀ ਹੈਗੀ ਆ, ਇਹ ਕੋਈ ਵੀ ਉੱਠੇ, ਠੀਕ ਆ, ਚਾਹੇ ਉਹ ਮਹਾਤਮਾ ਬੁੱਧ ਉੱਠੇ ਆ, ਠੀਕ ਆ, ਚਾਹੇ ਗੁਰੂ ਨਾਨਕ ਉੱਠਿਆ, ਇਹਨਾਂ ਨੇ ਉਹਨੂੰ ਆਪਦੇ ਉਸ 'ਚ ਲੈਣਾ ਹੁੰਦਾ ਆ ਗਲਬੇ 'ਚ ਕਿ ਹਾਂ ਠੀਕ ਆ ਇਹ ਸਾਡੇ ਆ, ਠੀਕ ਆ, ਉਹ ਸਾਡੇ ਮਤਲਬ ਕਿ ਉਹਨੂੰ ਆਪਦੇ ਨਾਲ ਰੱਖ ਕੇ ਉਹਨੂੰ ਖਤਮ ਕਰ ਦਿੰਦੇ ਆ, ਕਿ ਉਹਦੀ ਜਿਹੜੀ, ਹੁਣ ਆਪ ਸੋਚੋ ਕਿ ਇੱਕ ਪਾਸੇ RSS ਹਿੰਦੂ ਹਿੰਦੀ ਹਿੰਦੁਸਤਾਨ ਦਾ ਨਾਰਾ ਲਾ ਰਹੀ ਆ ਕਿ ਅਸੀਂ 2020 ਤੱਕ ਹਿੰਦੂ ਰਾਸ਼ਟਰ ਕਰਨਾ, ਫਿਰ ਹਿੰਦੂ ਰਾਸ਼ਟਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਵਰਗੀ ਇੱਕ ਛਵੀ ਦਾ ਕੀ, ਕਿੱਥੇ ਤੁਸੀਂ ਮਤਲਬ ਤੁਹਾਨੂੰ ਤਾਂ ਉਂਝ ਹੀ ਮਤਲਬ ਡੋਬੀ ਮਰੋ ਯਾਰ, ਤੁਸੀਂ ਤਾਂ ਕੋਈ ਛੱਡੋ ਗੱਲ ਹੀ ਤੁਹਾਡੀ ਤਾਂ ਹੈ ਨਹੀਂ ਕਿ RSS ਨੂੰ ਕਿ ਗੁਰੂ ਗੋਬਿੰਦ ਸਿੰਘ ਦੀ ਛਵੀ ਤੁਹਾਡੇ 'ਚ ਕਿਵੇਂ ਰਲ ਸਕਦੀ ਆ? ਠੀਕ ਹੈ ਕਿ ਗੁਰੂ ਗੋਬਿੰਦ ਸਿੰਘ ਤਾਂ ਜਦੋਂ ਮਤਲਬ ਇੱਕ ਆਮ ਲੋਕਾਂ ਦੀ ਗੱਲ ਕਰਦੇ ਆ ਤਾਂ ਤੁਸੀਂ ਮਤਲਬ ਸਿਰਫ ਹਿੰਦੂ ਹਿੰਦੀ ਰਾਸ਼ਟਰ ਕਿਹੜਾ? ਇੱਕ ਗੱਲ ਹੋਰ ਪੁੱਛਣੀ ਚਾਹੂੰਗਾ, ਜਿਹੜੇ RSS ਨਾਲ ਜੁੜੇ ਹੋਏ ਲੋਕ ਹੈ ਜਾਂ RSS ਦੀ ਜਿਹੜੀ ਅਥਾਰਟੀ ਆ, ਉਹ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀਗੇ ਵੀ ਉਹਨਾਂ ਦੀ ਜਿਹੜੀ ਲਾਈਫ ਸਟਾਈਲ ਸੀਗਾ, ਉਹਨਾਂ ਦੀ ਜਿਹੜੀ ਸ਼ਖਸੀਅਤ ਸੀਗੀ, ਉਹਦਾ ਜੋ ਓਵਰਆਲ ਜੋ ਕੰਸੈਪਟ ਸੀਗਾ ਉਹ ਮਾਨਵਤਾ ਨਾਲ ਜੁੜਿਆ ਸੀ, ਉਹ ਇਕੱਲਾ ਸਿੱਖੀਜ਼ਮ ਨਾਲ ਨਹੀਂ ਜੁੜਿਆ ਸੀਗਾ। ਉਹ ਉਸ ਪੱਖ ਦੀ ਦਲੀਲ ਦਿੰਦੇ ਆ ਕਿ ਉਹ ਅਜਿਹੀ ਸ਼ਖਸੀਅਤ ਸੀਗੀ ਜਿਨ੍ਹਾਂ ਦੇ ਬਾਰੇ ਸਾਰਿਆਂ ਨੂੰ ਸੈਲੀਬ੍ਰੇਸ਼ਨ ਕਰਨਾ ਚਾਹੀਦਾ ਜਿਨ੍ਹਾਂ ਨਾਲ ਜੁੜੇ ਹੋਏ। ਹੁਣ ਦਲੀਲ ਤਾਂ ਉਹਨਾਂ ਦੀ ਇੱਕ ਇਹ ਵੀ ਹੈਗੀ ਆ ਕਿ ਹੁਣ ਪਿੱਛੇ ਉਹਨਾਂ ਦੀ ਇੱਕ ਦਲੀਲ ਆਈ, ਕਹਿੰਦੇ ਜੀ ਜਿਵੇਂ ਖਾਲਸਾ ਤਾਂ ਇਹਨਾਂ ਨੇ ਹਿੰਦੂਆਂ ਦੀ ਰਾਖੀ ਲਈ ਬਣਾਇਆ, ਮੁਸਲਮਾਨ ਇਹਨਾਂ ਦੇ ਦੁਸ਼ਮਣ ਆ ਕਿ ਜੋ ਪੂਰੀ ਦੁਨੀਆ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਹੋਊ ਆ, ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ 14 ਚੋਂ 11 ਜੰਗਾਂ ਗੁਰੂ ਗੋਬਿੰਦ ਸਿੰਘ ਦੀਆਂ ਹਿੰਦੂ ਰਾਜਿਆਂ ਨਾਲ ਹੋਈਆਂ ਆ, ਅਤੇ ਉਹ ਹਿੰਦੂ ਰਾਜ ਇਹਨਾਂ ਦੇ RSS ਵਾਲੇ ਅਰਗੇ ਹੀ ਆ, ਠੀਕ ਹੈ, ਕਿ ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਮਤਲਬ ਮੁਸਲਮਾਨਾਂ ਦੇ ਦੁਸ਼ਮਣ ਨਹੀਂ ਗੇ, ਜਿਹੜੇ ਇਹ ਦਿਖਾਤਾ ਨਾ ਕਿ ਮਤਲਬ ਔਰੰਗਜ਼ੇਬ ਦੇ ਖਿਲਾਫ ਆ, ਫਿਰ ਉਹ 11 ਰਾਜੇ ਕੌਣ ਸੀਗੇ? ਠੀਕ ਹੈ, ਲਖਪਤ ਰਾਏ ਜਸਪਤ ਰਾਏ ਕੌਣ ਆ? ਕਿ ਸਾਨੂੰ ਜਿਹੜੀ ਪਹਿਚਾਣ ਹੈਗੀ ਆ ਇਹ ਇਹਨਾਂ ਦੇ ਤਰੀਕੇ ਨਾਲ ਪਹਿਚਾਣ ਨਹੀਂ ਹੋ ਗਈ, ਆਈਡੈਂਟੀ ਪੋਲੀਟਿਕਸ ਕਿ ਇਹ ਮਤਲਬ ਪੰਜਾਬ ਦੇ ਪਿੰਡਾਂ ਚੱਲ ਸਕਦੀ ਆ, ਇਹ ਇੱਕ ਪੜ੍ਹੇ ਲਿਖੇ ਵਿਦਿਆਰਥੀ
ਇਹ ਜੀ ਰਾਜਨੀਤੀ ਗੰਦੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਕਿ ਹਾਂ ਬਈ ਕੀ ਕਰਨ ਡਏ ਅਸੀਂ ਕਿ ਮਤਲਬ ਗੁਰੂ ਗੋਬਿੰਦ ਸਿੰਘ ਸੱਭੇ ਸਾਂਝੀ ਵਾਲਸ ਦੇਣ ਵਾਲੇ ਹੈਗੇ ਆ ਅਤੇ ਤੁਸੀਂ ਮਤਲਬ ਹਿੰਦੂ ਹਿੰਦੀ ਹਿੰਦੁਸਤਾਨ ਵਾਲੇ ਤੁਸੀਂ ਕਿਵੇਂ ਕਰੀ ਜਾਂਦੇ ਆ ਕਿ ਗੁਰੂ ਗੋਬਿੰਦ ਸਿੰਘ ਦੀ ਫੌਜ ਦੇਖੀਏ ਠੀਕ ਆ, ਪੀਰ ਬੁੱਧੂ ਸ਼ਾਹ ਨੂੰ ਦੇਖੀਏ, ਬਾਬੇ ਫਰੀਦ ਨੂੰ ਦੇਖੀਏ ਠੀਕ ਆ, 11 ਦੇ 11 ਭੱਟ ਬ੍ਰਾਹਮਣ ਆ ਠੀਕ ਆ, ਉਹਨਾਂ ਦੀ ਵੀ ਗੁਰੂ ਗ੍ਰੰਥ ਸਾਹਿਬ 'ਚ ਉਹੀ ਜਗ੍ਹਾ ਹੈ ਜੋ ਬਾਬੇ ਫਰੀਦ ਦੀ ਆ ਠੀਕ ਆ, ਅਤੇ ਤੁਸੀਂ ਹਿੰਦੂ ਹਿੰਦੀ ਹਿੰਦੁਸਤਾਨ ਇੱਕ ਪਾਸੇ ਨਾਰਾ ਦਿੰਦੇ ਆ, ਦੂਜੇ ਪਾਸੇ ਤੁਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਡਾ ਆ, ਕਿ ਤੁਸੀਂ ਆਪਸ ਵਿੱਚ ਨਹੀਂ ਰਲਦੇ ਯਾਰ। ਇੱਕ ਮੈਂ ਕੁਐਸਚਨ ਹੋਰ ਪੁੱਛਣਾ ਚਾਹੂੰਗਾ, ਤੁਸੀਂ ਸਟੂਡੈਂਟ ਹੋ, ਯੂਥ ਹੋ, ਨੌਜਵਾਨ, ਤੁਹਾਡੇ ਦੋਸਤ ਨੇ ਨੌਜਵਾਨਾਂ ਨਾਲ ਜੁੜੇ ਹੋਏ ਆ, ਅੱਜ ਮੈਂ ਬਹੁਤ ਸਾਰੇ ਨੌਜਵਾਨਾਂ ਨਾਲ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸੀਂ ਉਸ ਚੀਜ਼ ਨੂੰ ਕੈਮਰੇ 'ਚ ਨਹੀਂ ਕੈਦ ਕਰ ਸਕੇ ਕੁਛ ਕਾਰਨਾਂ ਕਰਕੇ, ਕੁਛ ਉਹਨਾਂ ਨੇ ਮਨ੍ਹਾ ਕੀਤਾ ਜਾਂ ਮਤਲਬ ਬਹੁਤ ਸਾਰੇ ਨੌਜਵਾਨਾਂ ਨੇ ਤਾਂ ਇਹ ਕਿਹਾ ਕਿ ਸਾਨੂੰ ਪਤਾ ਹੀ ਨਹੀਂ ਜੀ RSS ਕੀ ਆ ਜਾਂ ਇਹ ਕਨਸੈਪਟ ਕੀ ਆ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਮਨਾ ਰਿਹਾ ਹੈ, ਇਹਦੇ ਪਿੱਛੇ ਇਸ਼ੂ ਕੀ ਆ, ਕੁਛ ਨੇ ਇਹ ਕਿਹਾ, ਹਾਸੋਈ ਨੇ ਜਵਾਬ ਵੀ ਦਿੱਤੇ ਵੀ ਸਾਡੇ ਤਾਂ ਪੇਪਰ ਚੱਲਦੇ ਹੀ, ਸਾਨੂੰ ਤਾਂ ਪਤਾ ਨਹੀਂ ਹੈਗਾ। ਕੁਛ ਯੂਥ ਨੂੰ ਕਹਿਣਾ ਚਾਹੋਗੇ? ਮੈਂ ਚਾਹੂੰਗਾ ਜ਼ਰੂਰ ਤੁਸੀਂ ਕੋਈ ਆਪਣਾ ਵਿਚਾਰ ਸਾਂਝਾ ਕਰੋ, ਜਿਹੜਾ ਯੂਥ ਇਹਦੇ ਬਾਰੇ ਅਵੇਅਰ ਹੀ ਨਹੀਂ ਹੈਗਾ। ਇਹ ਹੁੰਦਾ ਨਾ ਕਿ RSS 172 ਵਿੰਗ ਆ, 27,000 ਯੂਨਿਟ ਆ, ਉਹ ਇੰਝ ਸ਼ਰੇਆਮ ਚੀਜ਼ਾਂ ਨਹੀਂ ਕਰਦੇ ਗੇ, ਉਹ ਬੜੇ ਲੁਕਵੇਂ ਢੰਗ ਨਾਲ ਦਿੰਦੇ ਆ ਕਿ ਜਿਵੇਂ ਉਹ ਜੇ ਸ਼ਾਖਾ ਵੀ ਲਾਉਂਦੇ ਤਾਂ ਇੱਕ ਬਚਪਨ ਤੋਂ ਸ਼ਾਖਾ ਲਾਉਂਦੇ ਆ ਕਿ ਆਪਦਾ ਕੇਡਰ ਮੋਦੀ ਵਰਗਾ ਜਾਂ ਯੋਗੀ ਵਰਗਾ ਤਿਆਰ ਕਰਦੇ ਆ ਪੂਰਾ। ਹੁਣ ਜਦੋਂ ਅਸੀਂ ਕਹੀਏ ਕਿ ਜਿਹੜੇ ਵਿਦਿਆਰਥੀ ਹੈਗੇ ਆ ਉਹ ਇਹਨਾਂ ਨੂੰ ਇਹੋ ਚੀਜ਼ਾਂ ਨਹੀਂ ਪੇਸ਼ ਕਰਨਗੇ, ਉਹ ਇਹਨਾਂ ਨੂੰ ਹਿੰਦੁਸਤਾਨ ਦਾ ਜਾਂ ਇਹ ਸਾਰਾ ਜਿਹੜਾ ਸੰਕਲਪ ਹੈਗਾ ਉਹ ਗੁਰੂ ਗੋਬਿੰਦ ਸਿੰਘ ਦੇ ਥਰੂ ਦੇਣਗੇ। ਸਾਨੂੰ ਇੰਨੀ ਕੁ ਇੱਕ ਸਮਝ ਆਪਦੀ ਰੱਖਣੀ ਪਊਗੀ ਠੀਕ ਆ, ਕਿ ਅਸੀਂ ਇਹਨਾਂ ਦੀ ਇਸ ਗੰਦੀ ਰਾਜਨੀਤੀ ਨੂੰ ਸਮਝੀਏ, ਉਸ ਤੋਂ ਬਾਅਦ ਦੇਖੀਏ ਕਿ ਚਾਹੁੰਦੇ ਕੀ ਆ ਕਿ ਗੁਰੂ ਗੋਬਿੰਦ ਸਿੰਘ ਦਾ ਮਤਲਬ ਆਏ ਸਾਲ ਮਨਾਉਂਦੇ ਆ, ਪਿਛਲੇ ਇਹਨਾਂ ਨੇ 1999 'ਤੇ 300 ਸਾਲਾਂ ਦੇ 300 ਕੁਸ਼ਚਨ ਭੇਜੇ ਸਕੂਲਾਂ ਦੇ ਵਿੱਚ, 300 ਕੁਸ਼ਚਨਾਂ ਦੇ ਵਿੱਚੋਂ ਜੇ ਤੁਸੀਂ ਪੜ੍ਹੋਗੇ ਉਹ ਸਿੱਖੀ ਤੋਂ ਇੰਨਾ ਦੂਰ ਆ, ਗੁਰੂ ਗੋਬਿੰਦ ਸਿੰਘ ਤੋਂ ਇੰਨਾ ਦੂਰ ਆ, 300 ਦੇ ਵਿੱਚੋਂ 270 ਕੁਸ਼ਚਨ ਤਾਂ ਬਿਲਕੁਲ ਸਹੀ ਆ ਸਿੱਖੀ ਦੇ ਨਾਲ ਆ। ਹੁਣ 30 ਕੁਸ਼ਚਨਾਂ ਦੇ ਵਿੱਚ ਕਿ ਸਿੱਖ ਮਰ ਕੇ ਕਿੱਥੇ ਜਾਂਦੇ ਆ? ਦੁਰਗਾ ਮਾਤਾ ਦੇ ਚਰਨਾਂ 'ਚ ਠੀਕ ਆ, ਕਿ ਸਾਡੇ ਤਾਂ ਭਾਅ ਜੀਵਨ ਮੁਕਤ ਦੀ ਖੇਡ ਆ, ਅਸੀਂ ਤਾਂ ਸਵਰਗ ਨਰਕ ਨੂੰ ਮੰਨਦੇ ਹੀ ਨਹੀਂ ਗੇ ਠੀਕ ਆ, ਕਿ 40 ਦੇ 40 ਮੁਕਤੇ ਕਿੱਥੇ ਗਏ ਆ ਠੀਕ ਆ, ਉਹ ਹਜੇ ਵੀ ਉਹ ਹੈਗੇ, ਮਤਲਬ ਇਹੋ ਜਿਹੇ ਮਤਲਬ ਇਹ ਨਾਲ ਕੀ ਕਹਿੰਦੇ ਹੁੰਦੇ ਨਾ ਜਿਵੇਂ ਥੋੜ੍ਹਾ ਜਿਹਾ ਮਿੱਠਾ ਦੇ ਕੇ ਵਿੱਚ ਕੌੜੀ ਚੀਲ ਘੋ ਦਿੰਦੇ ਆ, ਕਿ ਉਹੀ ਚੀਜ਼ ਇਹਨਾਂ ਦੀ ਹੈ ਕਿ ਜਿਹੜਾ ਤੁਸੀਂ ਅੱਜ ਜਿਹੜਾ ਇਹਨਾਂ ਨੇ ਮਨਾਇਆ ਨਾ ਉਹਦਾ ਜਦੋਂ ਤੁਸੀਂ ਅੱਜ ਸਾਰੇ ਦੀ ਵੀਡੀਓਗ੍ਰਾਫੀ ਦੇਖੋਗੇ ਜਾਂ ਦੇਖੋਗੇ ਇਹਨਾਂ ਨੇ ਕੋਈ ਨਾ ਕੋਈ ਗਲਤ ਕੀਤਾ ਹੋਣਾ ਜੋ ਸਿੱਖੀ ਦੇ ਸਿਧਾਂਤਕ ਤੌਰ 'ਤੇ ਗਲਤ ਆ, ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਨਾਲ ਉੱਥੇ ਚਲੇ ਤਾਂ ਗਏ ਆ ਪਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਥੱਲੇ ਜਿਹੜਾ ਇਹ ਹਿੰਦੂ ਹਿੰਦੀ ਹਿੰਦੁਸਤਾਨ ਦਾ ਸੰਕਲਪ ਜਾਂ ਇਹ ਨੀਚ ਮਾਨਸਿਕਤਾ ਵਾਲਾ ਸੰਕਲਪ ਤੁਹਾਨੂੰ ਇਹਨਾਂ ਨੇ ਪਰੋਸ ਹੀ ਦੇਣਾ ਆ, ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਸਦਾ ਹਿੱਸਾ ਬਣ ਜਾਂਦੇ ਆ, ਅਤੇ ਫਿਰ ਜਿਵੇਂ ਮਤਲਬ ਸਾਨੂੰ ਕਹਿੰਦੇ ਕਿ ਤੁਸੀਂ ਇਹਨਾਂ ਤੋਂ ਫਿਰ ਦੂਰ ਰਹੋ ਕਿਉਂਕਿ ਇਹਨਾਂ ਨੇ ਸੰਵਾਦ ਤਾਂ ਕਰਨਾ ਨਹੀਂ ਗਾ, ਫਿਰ ਹਾਂ ਚਲੋ ਜੇ ਅਕਾਲ ਤਖ਼ਤ ਨੇ ਕਹਿਤਾ ਅਸੀਂ ਨਹੀਂ ਗਏ ਠੀਕ ਹੈ, ਅਤੇ ਅਸੀਂ ਕਿਸੇ ਨੂੰ ਜਾਣਾ ਵੀ ਨਹੀਂ ਚਾਹੀਦਾ ਇਹਨਾਂ ਦੇ। ਮੈਂ ਫਿਰ ਉਸ ਕੁਐਸਚਨ 'ਤੇ ਦੁਬਾਰਾ ਆ ਰਿਹਾ, ਯੂਥ ਨੂੰ ਕੋਈ ਕੁਛ ਕਹਿਣਾ ਚਾਹੋਗੇ ਪਰਸਨਲੀ? ਜਿਹੜਾ ਜਿੱਦਾਂ ਮਤਲਬ ਮੈਨੂੰ ਪਰਸਨਲੀ, ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਉਹਨਾਂ ਨੇ ਇਹ ਕਿਹਾ ਕਿ ਸਾਨੂੰ RSS ਬਾਰੇ ਨਹੀਂ ਪਤਾ, ਇਹ ਜਿਹੜਾ ਸਮਾਗਮ ਕਰ ਰਹੇ ਉਹਦੇ ਬਾਰੇ ਪਤਾ ਨਹੀਂ, ਸਾਡੇ ਪੇਪਰ ਚੱਲ ਰਹੇ ਸੀ, ਅਸੀਂ ਖਬਰ ਨਹੀਂ ਦੇਖੀ, ਅਸੀਂ ਚੈਨਲ ਨਹੀਂ ਦੇਖਿਆ, ਅਸੀਂ ਨਿਊਜ਼ ਨਹੀਂ ਦੇਖੀ, ਅਸੀਂ ਅਖਬਾਰ ਨਹੀਂ ਪੜ੍ਹਿਆ। ਮੈਨੂੰ ਵੀ ਦੁੱਖ ਲੱਗਿਆ, ਸ਼ਾਇਦ ਹੋ ਸਕਦਾ ਜੇਕਰ ਤੁਸੀਂ ਸਿੱਖੀ ਨਾਲ ਜੜ੍ਹਾਂ ਤੋਂ ਜੁੜੇ ਹੋਏ ਹੋ ਤਾਂ ਤੁਹਾਨੂੰ ਵੀ ਦੁੱਖ ਲੱਗਿਆ ਹੋਣਾ। ਮੈਂ ਉਸ ਚੀਜ਼ ਬਾਰੇ ਯੂਥ ਨੂੰ ਕੋਈ ਗਾਈਡਲਾਈਨ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ, ਮੈਂ ਤੁਹਾਡੇ ਨੂੰ ਯੂਥ ਨੂੰ ਚਾਹੀਦਾ ਹੈ ਕਿ ਸਮਝਣਾ ਚਾਹੀਦਾ, ਪੜ੍ਹਨਾ ਚਾਹੀਦਾ ਇਹਨਾਂ ਚੀਜ਼ਾਂ ਬਾਰੇ ਕਿ ਇਹ ਸਕਿੱਲ ਇੰਡੀਆ, ਮੇਕ ਇਨ ਇੰਡੀਆ ਇਹ ਹੈ ਕੀ ਆ, ਇਹ ਮਤਲਬ ਇਹਨਾਂ ਦੇ ਸੰਕਲਪ ਕਿੱਥੋਂ ਆ ਰਹੇ ਆ ਠੀਕ ਆ, ਕਿ ਕਿਸੇ ਸਮੇਂ ਮਤਲਬ ਇਹ ਜਿਹੜੀਆਂ ਇੱਥੇ ਵੀ ਇਹਨਾਂ ਦੀ ਪਾਰਟੀ ਹੈਗੀ ਆ ABVP ਹੈਗੀ ਇੱਥੇ ਵੀ ਠੀਕ ਹੈ, ਕਿਸ ਸਮੇਂ ਭਗਤ ਸਿੰਘ ਨੂੰ ਚੱਕਦੇ ਆ, ਕਿਸ ਸਮੇਂ ਇਹ ਮਤਲਬ ਭਗਤ ਸਿੰਘ ਦੇ ਨਾਲ ਵਿਵੇਕਾਨੰਦ ਦੀ ਤਸਵੀਰ ਲਾ ਰਹੇ ਆ, ਕਿ ਤੁਸੀਂ ਆਪ ਦੇਖੋ ਕਿ ਮੇਲ ਹੀ ਨਹੀਂ ਕੋਈ ਠੀਕ ਆ, ਕਿੱਥੇ ਹੁਣ ਇਹ ਗੁਰੂ ਗੋਬਿੰਦ ਸਿੰਘ, ਆਪ ਸੋਚੋ ਕਿ ਵਿਦਿਆਰਥੀ ਨੂੰ ਇਹ ਸਮਝਣਾ ਚਾਹੀਦਾ ਆ ਕਿ ਮਤਲਬ ਜਿਨ੍ਹਾਂ ਦੀ ਇੰਨੀ ਫਾਸੀਵਾਦੀ ਮਾਨਸਿਕਤਾ ਹੈਗੀ ਆ ਜਾਂ ਇੰਨੀ ਨੀਚ ਮਾਨਸਿਕਤਾ ਹੈਗੀ ਆ, ਉਹ ਗੁਰੂ ਗੋਬਿੰਦ ਸਿੰਘ ਦੀ ਛਵੀ ਨੂੰ ਕਿਵੇਂ ਕਰ ਰਹੇ ਆ, ਕਿ ਮਤਲਬ ਯੂਥ ਨੂੰ ਪਹਿਲੀ ਗੱਲ ਆ ਪੜ੍ਹਨਾ ਚਾਹੀਦਾ ਕਿਤਾਬਾਂ, ਇਹਨਾਂ ਬਾਰੇ ਬਹੁਤ ਕੁਝ ਮਿਲ ਜਾਂਦਾ ਆ ਠੀਕ ਆ, ਕੋਈ ਐਂ ਨਹੀਂ ਗਾ ਕਿ ਪੜਚੋਲ ਕਰਨੀ ਚਾਹੀਦੀ ਆ ਕਿ ਇਹ ਪੰਜਾਬ ਦੇ ਵਿੱਚ ਇਹ ਕਿਸ ਤਰ੍ਹਾਂ ਦੀ, ਜਿਵੇਂ ਹੁਣ ਸ਼ਾਖਾ ਦੇ ਪੱਧਰ ਤੱਕ ਇਹ ਪਹੁੰਚ ਚੁੱਕੇ ਪੰਜਾਬ ਦੇ ਵਿੱਚ, ਤਾਂ ਹੋ ਸਕਦਾ ਕੱਲ੍ਹ ਨੂੰ ਠੀਕ ਆ ਜਿਵੇਂ ਪਾਤਰ ਸਾਹਿਬ ਦੀਆਂ ਲੈਣਾ ਹੈਗੀਆਂ ਨਾ ਕਿ ਜੇ ਤੱਕ ਜਿੱਤਰੀ ਲੱਗੀ ਕਾਲਜ ਛੁਰੀ ਨਹੀਂ, ਇਹ ਨਾ ਸੋਚੀ ਸ਼ਹਿਰ ਦੀ ਹਾਲਤ ਬੁਰੀ ਨਹੀਂ, ਕਿ ਜੋ UP ਦੇ ਵਿੱਚ ਇਹਨਾਂ ਨੇ ਕੀਤਾ ਆ ਕੱਲ੍ਹ ਨੂੰ ਪੰਜਾਬ ਦੇ ਵਿੱਚ ਵੀ ਹੋਊਗਾ, ਅਤੇ ਇਹਨਾਂ ਨੇ ਇਸ ਤਰ੍ਹਾਂ ਵੱਖਵਾਦ ਮਤਲਬ ਫੈਲਾਉਣਾ ਆਪਦਾ ਠੀਕ ਆ, ਕਿ ਜੋ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਫੈਲਾਉਣਾ, ਹੁਣ ਤੋਂ ਹੀ ਸਾਨੂੰ ਵਿਦਿਆਰਥੀਆਂ ਨੂੰ ਸੁਚੇਤ ਹੋਣਾ ਪਊਗਾ RSS ਦੀ ਇਸ ਮਾਨਸਿਕਤਾ ਨੂੰ ਲੈ ਕੇ, ਬਸ ਇੰਨਾ ਹੀ ਕਹਾਂਗਾ ਮੈਂ। ਮੇਰਾ ਇਹ ਮੰਨਣਾ ਹੈ ਵੀ ਜਿਹੜਾ ਧਰਮ ਹੈ ਉਹ ਕਿਸੇ ਵੀ ਮਨੁੱਖ ਦਾ ਨਿੱਜੀ ਮਾਮਲਾ ਹੈ, ਅਤੇ ਜਦੋਂ ਕੋਈ ਵੀ ਇਸ਼ੂ ਧਰਮ ਬਾਰੇ ਉੱਠਦਾ ਹੈ ਤਾਂ ਉਹਦੇ 'ਤੇ ਸਾਨੂੰ ਆਪਸੀ ਸਹਿਮਤੀ ਬਣਾ ਕੇ ਚੱਲਣਾ ਚਾਹੀਦਾ। ਜਿਹੜੀਆਂ ਸਿੱਖ ਧਰਮ ਦੀਆਂ ਵੱਡੀਆਂ ਸੰਸਥਾਵਾਂ ਹੈ ਜਿਵੇਂ
ਹੋਰ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਸਾਰੇ ਇਸ ਸਮਾਗਮ 'ਤੇ ਇਤਰਾਜ਼ ਕਰ ਰਹੇ ਹਨ ਕਿਉਂਕਿ RSS ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮਾ ਵੀ ਜਾਰੀ ਹੋਇਆ ਹੋਇਆ ਰਾਸ਼ਟਰੀ ਸਿੱਖ ਸੰਗਤ ਬਾਰੇ ਅਤੇ ਇਹਨਾਂ ਦੇ ਕਿਰਦਾਰ ਬਾਰੇ ਕੁਛ ਸ਼ੱਕ ਸੁਭੇ ਹੈ ਸਿੱਖਾਂ ਨੂੰ ਦੇ ਮਨ 'ਚ ਇਹ ਕਾਫੀ ਡਰ ਹੈ ਜਾਂ ਸ਼ੱਕ ਹੈ ਵੀ RSS ਹੈ ਜਿਹੜੀ ਉਹ ਸਾਡੇ ਜਿਹੜੀਆਂ ਧਰਮ ਦੀ ਨਿਆਰਾਪਣ ਹੈ ਵੱਖਰਾਪਣ ਹੈ ਉਹਦੇ 'ਤੇ ਗੁੱਝੇ ਅਟੈਕ ਕਰਦੀ ਹੈ ਇਸ ਕਰਕੇ ਇਸ ਸਮਾਗਮ ਬਾਰੇ ਵੀ ਲੋਕਾਂ ਦੀ ਰਾਏ ਇਹ ਹੈ ਵੀ ਇਸ ਸਮਾਗਮ ਦੀ ਆੜ ਵਿੱਚ RSS ਸਿੱਖਾਂ ਦੇ ਜਿਹੜੇ ਧਾਰਮਿਕ ਅਕੀਦੇ ਹੈ ਉਹਨਾਂ ਨੂੰ ਵਿਗਾੜ ਕੇ ਪੇਸ਼ ਕਰੇਗੀ ਪਰ RSS ਦੇ ਜਿਹੜੇ ਬੰਦੇ ਨੇ ਜੀ ਕੁਛ ਜਿਹੜੇ ਨੁਮਾਇੰਦੇ ਆਪਾਂ ਸਿੱਖਾਂ 'ਚ ਵੀ ਕਹਿ ਸਕਦੇ ਹਾਂ ਸਿੱਖ ਜਿਹੜੇ ਉਹਨਾਂ ਨਾਲ ਜੁੜੇ ਹੋਏ ਉਹਨਾਂ ਦਾ ਕਹਿਣਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਫਲਸਫਾ ਹੈ ਜਿਹੜਾ ਉਹਨਾਂ ਦਾ ਲਾਈਫ ਸਟਾਈਲ ਹੈ ਜਿਹੜੀ ਉਹਨਾਂ ਦੀ ਦੇਣ ਆ ਉਹ ਬਹੁਤ ਵੱਡੀ ਆ ਹਿੰਦੂ ਧਰਮ ਲਈ ਉਹਨਾਂ ਨੇ ਆਪਣਾ ਪਿਤਾ ਕੁਰਬਾਨ ਕਰਿਆ ਦੇਸ਼ ਕੌਮ ਲਈ ਆਪਣੀ ਔਲਾਦ ਵੀ ਵਾਰੀ ਅਤੇ ਪੂਰਾ ਪਰਿਵਾਰ ਉਹਨਾਂ ਨੇ ਇਸ ਚੀਜ਼ 'ਤੇ ਨਿਛਾਵਰ ਕਰਤਾ ਅਤੇ ਉਹਨਾਂ ਦਾ ਜਿਹੜਾ ਸ਼ਖਸੀਅਤ ਹੈ ਜਿਹੜੀ ਉਹਨਾਂ ਨੂੰ ਅਸੀਂ ਸਿਰਫ ਇੱਕ ਧਰਮ ਨਾਲ ਨਾ ਜੋੜੀਏ ਉਹ ਕਹਿੰਦੇ ਕਿ ਉਹਨਾਂ ਦਾ ਜਨਮ ਦਿਨ ਆ ਜਿਹੜਾ ਜਾਂ ਉਹਨਾਂ ਨਾਲ ਜਿਹੜੇ ਜੁੜੇ ਸਮਾਗਮ ਨੇ ਉਹ ਸਾਰਿਆਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਰੇ ਵਰਨਾਂ ਦੇ ਵਰਗਾਂ ਦੇ ਲੋਕਾਂ ਨੂੰ ਮਿਲ ਕੇ ਮਨਾਉਣਾ ਚਾਹੀਦੇ ਨੇ ਉਹ ਇਹ ਵਾਲਾ ਪੱਖ ਪੇਸ਼ ਕਰਦੇ ਇਹਦੇ ਪਿੱਛੇ ਕੀ ਕਹਿ ਸਕਦੇ ਆਪਾਂ ਦੇਖੋ ਵਿਚਾਰ ਹਰੇਕ ਦਾ ਆਪੋ ਆਪਣਾ ਹੈ ਪਰ ਜਿਹੜੀਆਂ ਇਹ ਗੱਲਾਂ RSS ਵੱਲੋਂ ਜੋ ਸਟੈਂਡ ਲਿਆ ਜਾ ਰਿਹਾ ਉਹਨੂੰ ਤਰਕ ਅਤੇ ਦਲੀਲ ਨਾਲ ਜਿਹੜੇ ਸਿੱਖ ਵਿਦਵਾਨ ਹੈ ਉਹ ਇੱਕ ਵਾਰ ਨਹੀਂ ਕਈ ਵਾਰ ਰੱਦ ਕਰ ਚੁੱਕੇ ਹੈ ਪਹਿਲੀ ਗੱਲ ਤਾਂ ਇਹ ਕਹਿਣਾ ਕਿ ਸਿੱਖਾਂ ਦੇ ਕਿਸੇ ਗੁਰੂ ਨੇ ਕਿਸੇ ਧਰਮ ਨੂੰ ਬਚਾਉਣ ਲਈ ਸਿਰ ਦਿੱਤਾ ਉਹ ਤਾਂ ਸੱਚ ਦੇ ਹੱਕ 'ਚ ਖੜ੍ਹਦੇ ਸੀਗੇ ਬਹੁਤ ਸਾਰੇ ਮੁਸਲਮਾਨ ਵੀ ਉਹਨਾਂ ਦੇ ਨਾਲ ਲੜਾਈ 'ਚ ਸੀਗੇ ਹਿੰਦੂ ਵੀ ਸੀਗੇ ਸਿੱਖ ਤਾਂ ਲੜਦੇ ਹੀ ਸੀਗੇ ਚਲੋ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਹੈ ਉਹ ਗੁਰੂ ਨਾਨਕ ਦੇਵ ਜੀ ਤਾਂ ਜਨੇਊ ਪਾਉਣ ਦੇ ਖਿਲਾਫ ਹੈ ਬਿਲਕੁਲ ਫਿਰ ਉਹ ਕਿਉਂ ਇੱਕ ਉਸ ਧਰਮ ਦੀ ਰੱਖਿਆ ਲਈ ਮਤਲਬ ਇਹ ਆਪਾਂ ਕਹਿ ਸਕਦੇ ਵੀ ਸਿੱਖਾਂ ਦੇ ਗੁਰੂ ਨੇ ਸੀਸ ਦਿੱਤਾ ਉਹ ਸੀਗੀ ਧਰਮ ਦੀ ਜੰਗ ਆਪਾਂ ਉਹਨੂੰ ਸਹੀ ਔਰ ਗਲਤ ਦੀ ਜੰਗ ਹਾਂਜੀ ਇਹ ਨਹੀਂ ਹੈਗਾ ਵੀ ਉਹ ਕਿਸੇ ਇੱਕ ਕਿਸੇ ਉਹਨੂੰ ਬਚਾਉਣ ਲਈ ਸੀਗਾ ਉਹ ਸੀਗੀ ਸੱਚਾਈ ਦੀ ਜੰਗ ਸੀਗੀ ਧਰਮ ਦੀ ਜੰਗ ਸੀਗੀ ਉਹ ਇਹ ਜ਼ਰੂਰੀ ਨਹੀਂ ਵੀ ਉਹਨੂੰ ਆਪਾਂ ਉਹਦੇ ਨਾਲ ਜੋੜ ਕੇ ਦੇਖੀਏ ਅਤੇ ਬਾਕੀ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਲਾਈਫ ਸਟਾਈਲ ਜਾਂ ਹੋਰ RSS ਗੱਲ ਕਰ ਰਹੇ ਹੈ ਜਿਹੜਾ ਸਿੱਖ ਹੈ ਉਹ ਦਸਾਂ ਗੁਰੂ ਸਾਹਿਬਾਨ ਨੂੰ ਮਤਲਬ ਇੱਕ ਸਮੁੱਚ ਵਿੱਚ ਦੇਖਦਾ ਹੈ ਸਾਡੇ ਇਹ ਮਤਲਬ ਮੰਨਿਆ ਜਾਂਦਾ ਹੈ ਵੀ ਜਿਹੜੀ ਨਾਨਕ ਜੋਤ ਹੈ ਉਹੀ ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਤੱਕ ਵਿਨਮਾਨ ਹੈ ਇਸ ਕਰਕੇ ਕਿਸੇ ਇੱਕ ਗੁਰੂ ਦਾ ਜ਼ਿੰਦਗੀ ਦਾ ਜਾਂ ਕਿ ਇਹ ਕੋਈ ਮਾਇਨੇ ਨਹੀਂ ਰੱਖਦਾ ਹੈਗਾ ਸਿੱਖਾਂ ਨੂੰ ਸਮੁੱਚ 'ਚ ਹੀ ਲੈਣਾ ਪਏਗਾ RSS ਨੂੰ ਅਤੇ ਸਮੁੱਚੇ ਤੌਰ 'ਤੇ ਜਿਹੜਾ ਸਿੱਖ ਭਾਈਚਾਰਾ ਹੈ ਉਹ ਇਸ ਗੱਲ 'ਤੇ ਇਤਰਾਜ਼ ਹੈ ਉਹਨੂੰ ਵੀ RSS ਉਹਨਾਂ ਦੇ ਧਰਮ 'ਚ ਦਖਲ ਅੰਦਾਜ਼ੀ ਕਰ ਰਹੀ ਤੁਹਾਡਾ ਸੁਨੇਹਾ ਕੀ ਹੋਊਗਾ ਸਿੱਖਾਂ ਨੂੰ ਅਤੇ ਐਜ਼ ਵੈਲ ਐਜ਼ ਜਿਹੜੇ ਉਹ ਸਿੱਖ ਜਿਹੜੇ RSS ਨਾਲ ਜੁੜੇ ਹੋਏ ਨੇ ਦੇਖੋ ਜਿਹੜੇ RSS ਨਾਲ ਸਿੱਖ ਜੁੜੇ ਹੋਏ ਹੈ ਉਹਨਾਂ ਬਾਰੇ ਤਾਂ ਮੈਂ ਕੀ ਕਹਿ ਸਕਦਾ ਕਿਉਂਕਿ ਵੱਡਾ ਹਿੱਸਾ ਸਿੱਖ ਧਰਮ ਦਾ ਤਾਂ ਇਹਦੇ ਖਿਲਾਫ ਹੀ ਖੜ੍ਹਾ ਹੈ ਹੋ ਸਕਦਾ ਕੁਛ ਲੋਕਾਂ ਨੂੰ ਲੱਗਦਾ ਹੋਵੇ ਵੀ ਉਹ ਠੀਕ ਕਰ ਰਹੇ ਹੈ ਉਹਨਾਂ ਦਾ ਹੈ ਜਿਹੜੇ ਮੈਂ ਤਾਂ ਸਿੱਖਾਂ ਨੂੰ ਇਹ ਕਹਿ ਸਕਦਾ ਵੀ ਠਰਮੇ ਨਾਲ ਇਸ ਮਸਲੇ ਨੂੰ ਨਜਿੱਠਿਆ ਜਾਵੇ ਜਿਹੜੇ ਭਰਾ ਉੱਧਰ ਜਾ ਵੀ ਰਹੇ ਹੈ ਉਹਨਾਂ ਨੂੰ ਸਮਝਾਇਆ ਜਾਵੇ ਅਤੇ RSS ਨੂੰ ਵੀ ਇਹੀ ਅਪੀਲ ਕਰ ਸਕਦੇ ਬਈ ਇੱਦਾਂ ਨਾ ਕੀਤਾ ਜਾਵੇ ਕਿਸੇ ਦੇ ਧਰਮ 'ਚ ਦਖਲ ਅੰਦਾਜ਼ੀ ਆਪਣਾ ਉਹ ਜਿਵੇਂ ਮਰਜ਼ੀ ਮਨਾਉਣ ਆਪਣੇ ਗੁਰੂਆਂ ਪੀਰਾਂ ਦੇ ਦਿਨ ਮਨਾਉਣ ਜਿਹੜੇ ਕਿਸੇ ਧਰਮ ਦੇ ਹੈਗੇ ਆ ਉਹ ਉਸ ਧਰਮ ਦੀਆਂ ਜਿਹੜੀਆਂ ਸੰਸਥਾਵਾਂ ਹੈ ਜਾਂ ਰੈਕੋਗਨਾਈਜੇਸ਼ਨ ਹੈ ਉਹਨਾਂ ਨੂੰ ਹੀ ਮਨਾਉਣ ਦਾ ਜਿਹੜਾ ਅਧਿਕਾਰ ਦਿੱਤਾ ਸ਼ੁਕਰੀਆ ਦੇਖੋ ਜੀ ਇਹਦੇ 'ਚ ਕੋਈ ਗਲਤ ਨਹੀਂ ਹੈ ਜੇ ਮਨਾਇਆ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਸਾਂਝੇ ਗੁਰੂ ਸੀ ਉਹ ਕਿਹੜਾ ਕਿਸੇ ਗੱਲ 'ਤੇ ਕੋਈ ਧਰਮ ਦਾ ਨਾਲ ਲਿੰਕ ਨਹੀਂ ਹੈਗਾ ਜੇ ਕਹੀਏ ਧਰਮ ਨਾਲ ਜਾਈਏ ਤਾਂ ਫਿਰ ਤਾਂ ਬਹੁਤ ਕੁਝ ਹੋਊਗਾ ਇੰਡੀਆ ਦੇ ਵਿੱਚ ਧਰਮ ਨਾਲ ਰਿਲੇਟਡ ਨਹੀਂ ਕਰਨਾ ਚਾਹੀਦਾ ਇਸ ਚੀਜ਼ਾਂ ਨੂੰ ਪਰ ਅਕਾਲ ਤਖ਼ਤ ਤੋਂ ਮਨਾਹੀ ਅਕਾਲ ਤਖ਼ਤ ਸਿੱਖਾਂ ਦੀ ਸੁਪਰੀਮ ਹੈ ਜਿਹੜਾ ਅਥਾਰਟੀ ਆ ਅਥਾਰਟੀ ਹੈਗੀ ਆ ਪਰ ਇਹੀ ਗੱਲ ਨਹੀਂ ਨਾ ਚਲੋ ਜੇ RSS ਮਨਾ ਰਹੇ ਕੋਈ ਮਾੜੀ ਗੱਲ ਤਾਂ ਨਹੀਂ ਕਰ ਰਹੇ ਤਾਂ ਆਪਣੇ ਚਲੋ ਜਿਵੇਂ ਵੀ ਆ ਸਿੱਖ ਧਰਮ ਲਈ ਕਰ ਰਹੇ ਜੋ ਵੀ ਕਰ ਰਹੇ ਨੇ ਨਹੀਂ ਪਰ ਜਿਹੜੇ ਸਿੱਖ ਆ ਉਹ ਨਹੀਂ ਨਾ ਮੰਨਦੇ ਜਿਹੜਾ ਅਕਾਲ ਤਖ਼ਤ ਦਾ ਹੁਕਮ ਹੈ ਉਹ ਵੀ ਸਾਡੇ ਲਈ ਸਰਵ ਉੱਪਰ ਹੈ ਨਾ ਸਭ ਤੋਂ ਉੱਪਰ ਸਾਡੇ ਲਈ ਅਕਾਲ ਤਖ਼ਤ ਦਾ ਹੁਕਮ ਹੈ ਹੁਣ ਇੱਕ ਤਾਂ ਅਸੀਂ ਉਹ ਤੁਹਾਡੇ ਵਾਲਾ ਪੱਖ ਦੇਖੀਏ ਤਾਂ ਜਿਹੜੇ ਲੋਕ ਕਹਿੰਦੇ ਆ ਕਿ ਨਹੀਂ ਗਲਤ ਹੋ ਰਿਹਾ ਮੈਂ ਉਹਦੇ ਬਾਰੇ ਜਾਣਨਾ ਚਾਹੁੰਦਾ ਵੀ ਅੱਜ ਦਾ ਯੂਥ ਕੀ ਸੋਚਦਾ ਉਸ ਚੀਜ਼ ਬਾਰੇ
ਦੇਖੋ ਜੀ, ਇਹ ਤਾਂ ਫਿਰ ਯੂਥ ਇੱਦਾਂ ਫੁੱਟ ਪਾਉਣ ਵਾਲੀ ਗੱਲ ਆ। ਜੇ ਕਹੀਏ ਕਿ ਉਹ ਫਲਾਨਾ ਧਰਮ ਦੇ ਵਿੱਚ ਕੋਈ ਵੀ ਨਹੀਂ ਆ ਸਕਦਾ, ਇੱਕ ਹੈਗੇ ਆਪਣਾ ਇੱਥੇ ਕੋਈ ਵੀ ਕਿਸੇ ਧਰਮ ਦੇ ਵਿੱਚ ਵੀ ਜਾ ਸਕਦਾ, ਕੋਈ ਕਿਸੇ ਨੂੰ ਵੀ ਮੰਨ ਸਕਦਾ। ਇਹ ਨਹੀਂ ਕਿ ਆਪਾਂ ਕਿਸੇ ਨੂੰ ਰੋਕ ਨਹੀਂ ਲਾ ਸਕਦੇ ਇਸ ਚੀਜ਼ 'ਤੇ। ਇੱਥੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ RSS ਨੇ ਕੋਈ ਗਲਤ ਕੰਮ ਨਹੀਂ ਕੀਤਾ? ਇਹਦੇ 'ਚ ਗਲਤ ਵਾਲੀ ਇਹਦੀ ਗੱਲ ਹੈ ਹੀ ਨਹੀਂ ਕੋਈ ਵੀ। ਇਹਨੂੰ ਜੇ ਉਹਨਾਂ ਮਨਾਇਆ ਤਾਂ ਵਧੀਆ ਗੱਲ ਹੀ ਆ, ਸਿਰ ਨਵਾਇਆ ਹੀ ਆ, ਕੋਈ ਜ਼ੋਰ ਵਿਰੋਧ ਨਾਲ ਕੋਈ ਉੱਦਾਂ ਦੀ ਪ੍ਰੋਬਲਮ ਕ੍ਰੀਏਟ ਕੀਤੀ ਨਹੀਂ ਗੀ। ਬਾਕੀ ਦੇਖੋ, ਉਹਨਾਂ ਦੀ ਸਾਜਿਸ਼ ਵੀ ਹੋ ਸਕਦੀ ਕੋਈ ਇਸ ਦੇ ਪਿੱਛੇ, ਕੋਈ ਅੱਗੇ ਜਾ ਕੇ ਜਾਂ ਆਪਣੇ ਨਾਲ, ਹੁਣ ਮੰਨ ਲਓ ਗੁਰੂ ਗ੍ਰੰਥ ਆਪਣੇ ਨਾਲ ਸਿੱਖਾਂ ਨਾਲ ਮਿਲ ਕੇ ਚੱਲ ਰਹੇ ਨੇ, ਹੋ ਸਕਦਾ ਅੱਗੇ ਮਿਲ ਕੇ ਆਪਣੇ ਨਾਲ ਕੋਈ ਸਾਜਿਸ਼ ਰਚ ਰਹੇ ਹੋਣ, ਵੀ ਅੱਗੇ ਜਾ ਕੇ ਕੁਛ ਨੁਕਸਾਨ ਕਰਨ ਜਾਂ ਕੁਛ ਵੀ ਸਿੱਖਾਂ ਨਾਲ ਮਿਲ ਕੇ। ਪਰ ਇਹਦੇ ਬਾਰੇ ਫਿਰ ਬਚਾਓ ਲਈ ਕੁਛ ਕਰਨਾ ਚਾਹੀਦਾ ਸਾਨੂੰ? ਹਾਂ, ਇਹ ਤਾਂ ਕਰਨਾ ਹੀ ਚਾਹੀਦਾ। ਜਦੋਂ ਪਹਿਲਾਂ ਤੂੰ ਆਪਣੀ ਬਣੀ ਨਹੀਂ ਉਹਨਾਂ ਨਾਲ, ਹੁਣ ਹੋ ਸਕਦਾ ਵੀ ਆਪਣੇ ਨਾਲ, ਆਪਣੇ ਜਿਵੇਂ ਕਰਿਆ ਕਿ ਰਾਤ ਦੂਜਾ ਵੀ ਆਪਣੇ ਨਾਲ ਮਿਲ ਕੇ ਕੋਈ ਸਾਜਿਸ਼ ਰਚ ਕੇ ਆਪਣਾ ਗਾਂ ਹੋ ਸਕਦਾ ਨੁਕਸਾਨ ਕਰਨ ਅੱਗੇ ਆ ਕੇ। ਦੇਖੋ, ਮੇਰਾ ਜਿਹੜਾ ਨਿੱਜੀ ਵਿਚਾਰ ਆ ਕਿ RSS ਵੱਲੋਂ ਜੋ ਦਿੱਲੀ ਦੇ ਵਿੱਚ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ, ਇਹਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਸਿੱਖ ਵੀ ਦੁਫਾੜ ਨਜ਼ਰ ਆ ਰਹੇ ਨੇ। ਕਿਉਂਕਿ ਬੇਸ਼ੱਕ ਅਕਾਲ ਤਖ਼ਤ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਵੀ ਜਿਹੜਾ ਇਸ ਸਮਾਗਮ ਦਾ ਜਿਹੜਾ ਸਿੱਖ ਸੰਗਤ ਵੱਲੋਂ ਬਾਈਕਾਟ ਕੀਤਾ ਜਾਵੇ, ਪਰ ਇਹਦਾ ਨੁਕਸਾਨ ਮੇਰੇ ਹਿਸਾਬ ਨਾਲ ਪੂਰੀ ਸਿੱਖ ਜਿਹੜੀ ਜਗਤ ਨੂੰ ਭੁਗਤਣਾ ਪੈ ਸਕਦਾ। ਕਿਉਂਕਿ ਦੋ ਧਿਰਾਂ ਦੇ ਵਿੱਚ ਜਿਹੜਾ ਇਹ ਜਿਹੜਾ ਸਿੱਖ ਜਿਹੜਾ ਮਤਲਬ ਵੰਡਿਆ ਜਾ, ਪਹਿਲਾਂ ਹੀ ਸਿੱਖ ਕਈ ਜਿਹੜਾ ਉਹਦੇ ਵਿੱਚ ਜਾਤਾਂ ਦੇ ਵਿੱਚ ਜਾਂ ਕਈ ਅਲੱਗ ਅਲੱਗ ਜਥੇਬੰਦੀਆਂ ਤੌਰ 'ਤੇ ਵੰਡੇ ਹੋਏ ਨੇ। ਪਰ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਨੇ, ਚਾਹੀਦਾ ਤਾਂ ਇਹ ਸੀਗਾ ਵੀ ਆਪਸੀ ਜਿਹੜਾ ਸਹਿਮਤੀ ਦੇ ਨਾਲ ਜਿਹੜਾ ਇਹ ਧਾਰਮਿਕ ਸਮਾਗਮ ਨੇ ਉਹਨਾਂ ਨੂੰ ਮਨਾਇਆ ਜਾਂਦਾ, ਅਤੇ ਇਸ ਤੋਂ ਪਹਿਲਾਂ RSS ਜਦੀ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਜਾਂ ਉਹਨਾਂ ਨਾਲ ਕੋਈ ਸੰਪਰਕ ਬਣਾਉਂਦੀ, ਸ਼ਾਇਦ ਜ਼ਿਆਦਾ ਬੈਟਰ ਸੀਗਾ। ਪਰ ਮੇਰੇ ਹਿਸਾਬ ਨਾਲ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਆ ਉਹ ਸਿੱਖ ਸੰਗਤ ਆ ਹੀ ਹੋਊਗਾ। ਸਾਡੇ ਨਾਲ ਨਾਮਵਾਰ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮਿਆ ਜੀ ਮੌਜੂਦ ਨੇ ਜੀ, ਪੁੱਛਦੇ ਆ ਉਹਨਾਂ ਦਾ ਇਸ ਬਾਰੇ ਕੀ ਕਹਿਣਾ। ਨਿਆਮਿਆ ਜੀ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਹ ਹੈ, ਹਰੇਕ ਧਰਮ, ਹਰੇਕ ਬੰਦੇ ਨੂੰ ਆਪਣਾ ਧਰਮ ਪਿਆਰਾ ਹੁੰਦਾ ਅਤੇ ਬੰਦਾ ਆਪਣੇ ਧਰਮ ਦੇ ਵਿੱਚ ਪ੍ਰਪੱਕ ਹੁੰਦਾ। ਜਦੋਂ ਅਸੀਂ ਕਿਸੇ ਦੂਸਰੇ ਧਰਮ 'ਚ ਜਾ ਕੇ ਉਹਨਾਂ ਨੂੰ ਬਿਨਾਂ ਗੱਲੋਂ ਸਲਾਹਾਂ ਦਈਏ ਜਾਂ ਉਹਦੇ ਵਿੱਚ ਆਪਣੀ ਟੰਗ ਅੜਾਈਏ, ਇਹ ਕੰਮ ਜਿਹੜੀ ਰਾਸ਼ਟਰੀ ਸਿੱਖ ਸੰਗਤ ਹੈ ਉਹ ਕਰ ਰਹੀ ਹੈ। ਅਕਾਲ ਤਖ਼ਤ ਵੱਲੋਂ ਉਹਨਾਂ ਨੂੰ ਸਿੱਖ ਵਿਰੋਧੀ ਕਰਾਰ ਦਿੱਤਾ ਗਿਆ, ਉਹਨਾਂ ਨੂੰ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ, ਸਿੱਖਾਂ ਨੂੰ ਬਿਨਾਂ ਗੱਲੋਂ ਭੜਕਾਉਣਾ ਨਹੀਂ ਚਾਹੀਦਾ, ਕਿਉਂਕਿ ਹੁਣ ਤੱਕ ਇਹੀ ਕੰਮ ਹੁੰਦਾ ਆਇਆ। ਹਮੇਸ਼ਾ ਜੋ ਦੂਸਰੇ ਧਰਮ ਨੇ ਕਈ, ਉਹ ਹਮੇਸ਼ਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਰਹੇ ਹਾਂ, ਅਤੇ ਇਹ ਵੀ ਇੱਕ ਭਾਵਨਾਵਾਂ ਨੂੰ ਉਹ ਕਰਨ ਦਾ, ਸਿਰਫ ਇਹ ਦੱਸਣ ਵਾਸਤੇ ਵੀ ਅਸੀਂ ਬਹੁਤ ਅਕਲਵੰਦ ਹਾਂ, ਅਸੀਂ ਮਨਾਵਾਂਗੇ ਜਨਮ ਦਿਨ, ਅਸੀਂ ਵਧੀਆ ਤਰੀਕੇ ਨਾਲ ਮਨਾ ਸਕਦੇ ਹਾਂ, ਤੁਸੀਂ ਨਹੀਂ ਮਨਾ ਸਕਦੇ, ਇਹਦਾ ਭਾਵ ਤਾਂ ਇਹੀ ਹੋਇਆ ਨਾ। ਉਹਨਾਂ ਦਾ ਮੋਟਿਵ ਕੀ ਹੈ ਸਾਰੇ ਪ੍ਰੋਪਾਗੈਂਡੇ ਪਿੱਛੇ? ਉਹਨਾਂ ਦਾ ਮੋਟਿਵ ਇੱਕੋ ਹੈ, ਜਿਵੇਂ ਨਕਲੀ ਦਵਾਈਆਂ ਆ ਗਈਆਂ, ਨਕਲੀ ਚੀਜ਼ਾਂ ਆ ਗਈਆਂ, ਇਸੇ ਤਰ੍ਹਾਂ ਨਕਲੀ ਸਿੱਖ ਲਿਆ ਕੇ ਵਿੱਚ ਵਾੜ ਕੇ ਤੁਹਾਡੀ SGPC 'ਤੇ ਕਬਜ਼ਾ ਕਰਨ ਦਾ ਮੁੱਖ ਮੋਟਿਵ ਹੈ, ਹੋਰ ਕੋਈ ਮੋਟਿਵ ਨਹੀਂ। ਇੱਕ ਚੀਜ਼ ਹੋਰ ਪੁੱਛਣੀ ਚਾਹੂੰਗਾ, ਜਿੱਦਾਂ ਇਹ ਇਸ਼ੂ ਨੇ ਜਿਹੜੇ ਕੰਪਲੀਕੇਟਿਡ ਇਸ਼ੂ ਨੇ, ਚਾਹੇ ਦਸਮ ਗ੍ਰੰਥ ਦਾ ਲੈ ਲਈਏ, ਚਾਹੇ ਚੰਡੀ ਦੀ ਵਾਰ ਦਾ ਵੀ ਕੁਛ ਹੱਦ ਤੱਕ ਬਣਦਾ ਰਿਹਾ, ਅਤੇ ਅੱਜ ਇਹ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਦਿਵਸ ਮਨਾਇਆ ਜਾ ਰਿਹਾ, ਤੁਹਾਨੂੰ ਕੀ ਲੱਗਦਾ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨਾਲ ਵਾਰ ਵਾਰ ਇਹ ਚੀਜ਼ ਜੋੜੀ ਜਾ ਰਹੀ, ਇਹਦੇ ਪਿੱਛੇ ਕੋਈ ਗੇਮ ਪਲੋਟ ਕੀਤੀ ਹੋਈ ਜਾਂ ਇਹ ਕੋਈ ਇੰਸੀਡੈਂਟਸ ਹੈ ਕਿ ਉਹ ਚੀਜ਼ਾਂ ਵਾਰ ਵਾਰ ਜਿਹੜੇ ਵਿਵਾਦ ਨੇ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜੇ? ਕੋਈ ਇੰਸੀਡੈਂਟ ਨਹੀਂ, ਸਭ ਸੋਚੀ ਸਮਝੀ ਸਾਜਿਸ਼ ਹੈ। ਇੱਕ ਹੁੰਦਾ ਕਿਸੇ ਧਰਮ ਨੂੰ ਆਪਣੇ ਆਪ ਵਿੱਚ ਜਜ਼ਬ ਕਰ ਲੈਣਾ, ਹਿੰਦੂ ਧਰਮ ਦੇ ਜੋ ਵੱਡੇ ਇਹਨਾਂ ਦੇ ਦਿਮਾਗ ਵਾਲੇ ਨੇ ਉਹਨਾਂ ਨੇ ਬੁੱਧ ਧਰਮ ਨੂੰ, ਜੈਨ ਧਰਮ ਨੂੰ, ਹੋਰ ਜਿਹੜੇ ਇਹਨਾਂ ਨੂੰ ਆਪਸ ਦੇ ਵਿੱਚ ਜਜ਼ਬ ਕਰ ਲਿਆ, ਇਹ ਸਭ ਤੋਂ ਵੱਧ ਖਤਰਨਾਕ ਚੀਜ਼ ਹੁੰਦੀ ਹੈ। ਇੱਕ ਹੁੰਦਾ ਕਿਸੇ ਨੂੰ ਲਲਕਾਰ ਕੇ ਉਸਦਾ ਕਤਲੋਗਾਰਦ ਕਰਨਾ, ਇਸ ਤਰ੍ਹਾਂ ਕੌਮਾਂ ਖਤਮ ਕੀਤੀਆਂ ਜਾਂਦੀਆਂ। ਇੱਕ ਹੁੰਦਾ ਕਿਸੇ ਨੂੰ ਆਪਣੇ 'ਚ ਜਜ਼ਬ ਕੀਤਾ ਜਾਣਾ। ਇਹ ਜਿਹੜੇ ਹੈਗੇ RSS ਵਾਲੇ, ਇਹ ਲਲਕਾਰ ਕੇ ਨਹੀਂ ਜਾਂਦੇ, ਮਿੱਠੇ ਬਣ ਕੇ ਵਿੱਚ ਆਪਣੇ ਵਿੱਚ ਜਜ਼ਬ ਕਰਨ ਦੀ ਉਹ ਕੋਸ਼ਿਸ਼ ਕਰਦੇ, ਸਭ ਸੋਚੀ ਸਮਝੀ ਸਾਜਿਸ਼ ਹੈ। ਇਹ ਹਮੇਸ਼ਾ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਲ ਜੋ ਵਿਵਾਦ ਹੈ ਇਸ ਕਰਕੇ ਪੈਦਾ ਕਰਦੇ ਨੇ, ਕਿਉਂਕਿ ਜਿਹੜਾ ਖਾਲਸਾ ਪੰਥ ਦੀ ਸਿਰਜਣ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ, ਇਹਨਾਂ ਨੂੰ ਤਕਲੀਫ ਹੈ ਗੁਰੂ ਗੋਬਿੰਦ ਸਿੰਘ ਤੋਂ ਹੁੰਦੀ, ਮਹਾਤਮਾ ਗਾਂਧੀ ਨੂੰ ਵੀ ਗੁਰੂ ਗੋਬਿੰਦ ਸਿੰਘ ਤੋਂ ਤਕਲੀਫ ਸੀ, ਬਾਕੀ ਗੁਰੂਆਂ ਤੋਂ ਨਹੀਂ। ਜਿਹੜੇ ਸਾਡੇ ਸਿੱਖ ਨੇ, ਸਿੱਖ ਭਰਾਵਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ, ਮੈਂ ਤਾਂ ਸੰਦੇਸ਼ ਦੇਣ ਵਾਲਾ ਕੋਈ ਨਹੀਂ ਹੁੰਦਾ, ਸੰਦੇਸ਼ ਦੇਣ ਵਾਲੇ ਸਾਡੇ ਜਥੇਦਾਰ ਬੈਠੇ ਨੇ, ਮੈਂ ਤਾਂ ਇੱਕ ਆਮ ਸਿੱਖਾਂ। ਮੈਂ ਤਾਂ ਇਹੀ ਕਹਿਣਾ ਵੀ ਆਪਣਾ ਦਿਮਾਗ ਵਰਤੋ, ਇਹਨਾਂ ਦੀਆਂ ਲੂੰਬੜ ਚਾਲਾਂ ਵਿੱਚ ਨਾ ਆਓ, ਠੀਕ ਹੈ? ਆਪਣੇ ਧਰਮ ਬਾਰੇ ਸਭ ਨੂੰ ਪਤਾ ਹੁੰਦਾ ਆਪਾਂ ਕਿਵੇਂ ਆਪਣੇ ਧਰਮ ਨੂੰ ਮਜ਼ਬੂਤ ਕਰਨਾ, ਕਿਵੇਂ ਆਪਣਾ ਸਾਰੇ ਬੰਦਿਆਂ ਨੂੰ ਚਾਹੀਦਾ ਆਪਣੇ ਆਪ ਨੂੰ ਸਵੈ ਨੂੰ ਇੰਨਾ ਮਜ਼ਬੂਤ ਕਰਨ ਕਿ ਕੋਈ ਬੰਦਾ ਆ ਕੇ ਤੁਹਾਡੇ ਵਿੱਚ ਦਖਲ ਨਾ ਦੇ ਸਕੇ। ਇੰਨੀ ਸਿੱਖ ਜਿਹੜਾ ਇੱਧਰ ਵਾਲਾ ਆਪਣੇ ਪੰਜਾਬ ਦਾ ਸਮੁਦਾਇ ਹੈ ਜਾਂ ਅਕਾਲ ਤਖ਼ਤ ਆ, ਉਹਨਾਂ ਨੇ ਮਨਾਹੀ ਕੀਤੀ, ਅਤੇ ਅਕਾਲ ਤਖ਼ਤ ਨੇ ਤਾਂ ਓਫੀਸ਼ੀਅਲੀ ਇਸ ਚੀਜ਼ ਨੂੰ ਰਿਗਰੈਟ ਕੀਤਾ ਸੀਗਾ ਕਿ ਸਾਨੂੰ ਉਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ।
ਅਸੀਂ ਉਹਦੇ ਬਾਰੇ ਯੂਥ ਦਾ ਵਿਊ ਜਾਣਨਾ ਚਾਹੁੰਦੇ ਹਾਂ ਕਿ RSS ਨੇ ਸਹੀ ਕਰਿਆ, ਸਹੀ ਕਰ ਰਹੇ ਹਾਂ ਜਾਂ ਗਲਤ ਕਰ ਰਹੇ ਹਾਂ, ਜਾਂ ਇਹ ਓਵਰਆਲ ਕਨਸੈਪਟ ਹੈਗਾ ਕੀ? ਦੇਖੋ ਜੀ, ਜੇ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਤਾਂ ਉਹਦੀ ਸਿੱਖਾਂ ਨੂੰ ਪਾਲਣਾ ਕਰਨੀ ਚਾਹੀਦੀ ਸੀਗੀ। ਦੂਸਰੀ ਗੱਲ, ਜਿਸ ਹਿਸਾਬ ਨਾਲ ਇਹਨਾਂ 'ਤੇ RSS ਵਾਲਿਆਂ 'ਤੇ ਹਮਲੇ ਹੋ ਰਹੇ ਆ, ਇਹ ਇੱਕ ਆਪਦਾ ਬਚਾਅ ਪੱਖ ਲੈ ਕੇ ਵੀ ਚੱਲ ਰਿਹਾ ਕਿ ਹਾਂ ਅਸੀਂ ਸਿੱਖਾਂ ਨੂੰ ਅੱਤਵਾਦੀ ਨਹੀਂ ਸ਼ੋ ਕਰਨਾ ਚਾਹੁੰਦੇ। ਮੇਰਾ ਮੰਨਣਾ ਤਾਂ ਇਹੀ ਹੈ ਕਿ ਉਹ ਸਿਰਫ ਆਪਣਾ ਬਚਾਅ ਕਰਨਾ ਚਾਹੁੰਦੇ ਕਿਸੇ ਨਾ ਕਿਸੇ ਤਰੀਕੇ। ਅਤੇ ਜਿਹੜਾ ਇਹ ਗੁਰਦੁਆਰਿਆਂ ਦਾ ਮਤਲਬ ਪ੍ਰਬੰਧ ਦੇ ਵਿੱਚ, ਹੁਣ ਜਿੱਦਾਂ ਆਪਾਂ ਸੁਣਿਆ ਕਿ BJP ਵਾਲੇ ਆ ਰਹੇ ਹਾਂ ਜਾਂ ਉਹ ਕਹਿ ਰਹੇ ਹਾਂ ਕਿ ਅਸੀਂ SGPC ਇਲੈਕਸ਼ਨ ਲੜਨੀ, ਚਾਹੇ SGPC ਚਾਹੇ DSGMC ਆ, ਉਹਦੇ ਪਿੱਛੇ ਤੁਹਾਨੂੰ ਕੀ ਲੱਗਦਾ RSS ਦਾ ਹੱਥ ਆ ਜਾਂ ਬਾਈ ਚਾਂਸ ਇਹ ਉਹਨਾਂ ਨੂੰ ਸ਼ੌਕ ਉੱਠ ਖੜੇ? ਇਸ ਚੀਜ਼ ਦਾ ਕਨਸੈਪਟ ਕੀ ਆ, ਇਹਦਾ ਓਵਰਆਲ ਜਿਹੜਾ ਮੋਟਿਵ ਕੀ ਆ, ਉਹਨਾਂ ਦਾ ਮੰਤਵ ਕੀ ਆ ਇਹਦੇ ਪਿੱਛੇ? ਉਹ ਆਪਣਾ ਵਿਸਥਾਰ ਕਰਨਾ ਚਾਹੁੰਦੇ ਆ। ਪਹਿਲਾਂ ਵੀ ਮਸੰਦਾਂ ਨੂੰ ਇਸੇ ਕਰਕੇ ਗੁਰਦੁਆਰੇ ਸਾਹਿਬ 'ਚੋਂ ਕੱਢਿਆ ਗਿਆ ਸੀਗਾ, ਇਹ ਫਿਰ ਤੋਂ ਮਸੰਦ ਪ੍ਰਥਾ ਚਲਾਉਣੀ ਚਾਹੁੰਦੇ ਆ ਇੱਥੇ ਪੰਜਾਬ ਦੇ ਵਿੱਚ। ਜੋ SGPC ਆ ਜਾਂ ਆਪਣਾ ਅਕਾਲ ਤਖਤ ਸਾਹਿਬ ਆ, ਉਹ ਸਿੱਖ ਕੌਮ ਲਈ ਆ, ਨਾ ਕਿ BJP ਲਈ। ਠੀਕ ਹੈ ਨਾ ਜੀ? ਅਤੇ ਇਸ ਚੀਜ਼ ਨੂੰ ਕਦੇ ਵੀ ਸਿੱਖ ਇਸ ਚੀਜ਼ ਨੂੰ ਆਗਿਆ ਨਹੀਂ ਦੇਣਗੇ, ਨਾ ਹੀ ਉਹ ਉਹਨਾਂ ਨੂੰ ਵੋਟ ਪਾਉਣਗੇ। ਅਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸਿੱਖ ਗਏ ਆ ਉਹ ਕਿਸੇ ਲਾਲਚ ਨੂੰ ਗਏ ਆ, ਜਿਹੜੇ RSS ਨਾਲ ਜੁੜੇ ਆ, ਜਿਹਨੂੰ ਆਪਾਂ ਰਾਸ਼ਟਰੀ ਸਿੱਖ ਸੰਗਤ ਕਹਿ ਰਹੇ ਹਾਂ, ਉਹ ਕਿਸੇ ਲਾਲਚ ਨੂੰ ਜੁੜਿਆ ਜਾਂ ਉਹਨਾਂ ਨੂੰ ਮੈਂਟਲੀ ਆਪਾਂ ਕਹਿ ਲਈਏ ਕਿ ਡਿਵਰਟ ਕਰ ਲਿਆ, ਉਹਨਾਂ ਦਾ ਮਾਇੰਡ ਡਿਵਰਟ ਕਰ ਲਿਆ, ਜਾਂ ਉਹਦੇ ਪਿੱਛੇ ਕਿੱਦਾਂ ਉਹ ਜਿਹੜੇ ਸਿੱਖ ਜੁੜੇ ਆ ਉਹ ਕਿੱਦਾਂ ਜੁੜੇ ਆ? ਉਹ ਆਪਣੇ ਨਿੱਜੀ ਸਵਾਰਥ ਲਈ ਜੁੜੇ ਹੋ ਸਕਦੇ ਨੇ, ਉਹਨਾਂ ਨੂੰ ਮਤਲਬ ਸਿੱਖੀ ਪ੍ਰਤੀ ਕੋਈ ਪ੍ਰੇਮ ਭਾਵਨਾ ਨਹੀਂ ਹੋਣੀ। ਉਹ ਸਿਰਫ ਆਪਦਾ ਸਵਾਰਥ ਸੋਚ ਰਹੇ ਆ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਇੱਧਰੋਂ ਕੋਈ ਸਪੋਰਟ ਮਿਲੇ। ਮੇਰੇ ਮੁਤਾਬਕ ਇਹ ਉਹ ਲੋਕ ਨੇ ਜੋ RSS ਵੱਲ ਜਾ ਰਹੇ ਆ, ਜਿਨ੍ਹਾਂ ਨੂੰ ਪੈਸੇ ਦੀ ਕਮੀ ਆ ਜਾਂ ਜਿਨ੍ਹਾਂ ਦਾ ਜ਼ਮੀਰ ਬਿਲਕੁਲ ਹੀ ਮਰ ਚੁੱਕਿਆ। ਸਭ ਤੋਂ ਪਹਿਲਾਂ ਮੈਂ ਤਾਂ ਇਹੀ ਕਹਾਂਗਾ ਵੀ ਜਿਹੜੇ ਸਿੱਖ ਜੁੜ ਰਹੇ ਆ ਉਹ ਸ਼ਾਇਦ ਸਿੱਖ ਪ੍ਰੋਪਰ ਹੋਏ ਨਹੀਂ ਨਾ, ਕਿਉਂਕਿ ਜਿਹੜੇ ਅਸਲ ਸਿੱਖ ਹੈ ਉਹ ਜਾਅਲੀ ਸਿੱਖਾਂ ਦੇ ਨਾਲ ਰਲ ਕੇ ਕੋਈ ਵੀ ਕੰਮ ਕਰਦੇ ਆ ਤਾਂ ਉਹ ਗਲਤ ਹੈ, ਧਰਮ ਲਈ ਵੀ ਗਲਤ ਹੈ, ਸਮਾਜ ਲਈ ਵੀ ਗਲਤ ਹੈ। ਅਤੇ ਇਹਦੇ ਲਈ ਜ਼ਿੰਮੇਵਾਰ ਕੌਣ ਆ? ਜ਼ਿੰਮੇਵਾਰ ਤਾਂ ਨੈਚੁਰਲੀ ਜਿਹੜੇ RSS ਵਾਲੇ ਜਿਹੜੇ ਜਾਅਲੀ ਸਿੱਖ ਬਣਾ ਰਹੇ ਆ ਉਹੀ ਜ਼ਿੰਮੇਵਾਰ ਹੋਣਗੇ ਉਹ। ਅਤੇ ਤੁਹਾਨੂੰ ਕੀ ਲੱਗਦਾ ਕਿ RSS ਦਾ ਮੋਟਿਵ ਕੀ ਹੈ ਇਹਦੇ ਪਿੱਛੇ, ਓਵਰਆਲ ਜਿਹੜਾ ਮੰਤਵ ਕੀ ਆ? ਮੰਤਵ ਤਾਂ ਇਹੀ ਕਹਿ ਸਕਦੇ ਹਾਂ ਵੀ ਸਿੱਖ ਧਰਮ ਨੂੰ ਠੇਸ ਲਾਉਣ ਵਾਲੀ ਗੱਲ ਹੀ ਹੈ ਇਨਡਾਇਰੈਕਟਲੀ ਤਾਂ। ਦੇਖੋ ਜੀ, ਜੇ ਆਪਾਂ ਅਕਾਲ ਤਖ਼ਤ ਸਾਹਿਬ ਦੀ ਗੱਲ ਕਰੀਏ ਤਾਂ ਇਹ ਚੀਜ਼ ਤਾਂ ਬਹੁਤ ਗਲਤ ਆ, ਕਿਉਂ ਆਪਾਂ ਸ਼ੁਰੂ ਤੋਂ ਦੇਖਦੇ ਹਾਂ ਆਪਣੇ ਇੰਡੀਆ 'ਚ ਜਾਂ ਲਾ ਲਓ ਤੁਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਜਾਤਵਾਦ ਜਾਂ ਧਰਮਵਾਦ ਤਾਂ ਬਹੁਤ ਜ਼ਿਆਦਾ ਉੱਪਰ ਆ, ਇਹ ਚੀਜ਼ ਨੂੰ ਆਪਾਂ ਬਿਲਕੁਲ ਸਾਈਡ 'ਤੇ ਤਾਂ ਲੈ ਕੇ ਜਾ ਨਹੀਂ ਸਕਦੇ। ਜਿਵੇਂ ਪਹਿਲਾਂ ਬਾਹਮਣ ਹੁੰਦੇ ਸੀ, ਵੈਸ਼ ਸ਼ੂਦਰ ਜੋ ਵੀ ਬਣਿਆ ਇਹ, ਪਰ ਆਪਾਂ ਮੇਨ ਮੁੱਦਾ ਇਹ ਆ ਕਿ ਜਿਹੜਾ RSS ਦਾ ਦਖਲ ਆ ਇਹ ਹੋਣਾ ਨਹੀਂ ਚਾਹੀਦਾ ਜੀ। ਇੱਕ ਗੱਲ ਹੋਰ ਪੁੱਛਣੀ ਚਾਹੂੰਗਾ, ਜਿੱਦਾਂ ਅੱਜ ਮੈਂ ਬਹੁਤ ਸਾਰੇ ਯੂਥ ਮੁੰਡਿਆਂ ਨਾਲ ਗੱਲ ਕਰੀ, ਬਹੁਤ ਸਾਰੇ ਤਾਂ ਇਹ ਗੱਲ ਕਹਿੰਦੇ ਆ ਕਿ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਜੀ, RSS ਕੀ ਆ, ਜਾਂ ਜਿਹੜਾ ਇਹ ਈਵੈਂਟ ਹੋ ਰਿਹਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਦਿਨ ਮਨਾ ਰਹੇ ਹਾਂ ਜਾਂ ਪ੍ਰਕਾਸ਼ ਪੁਰਬ ਆਪਾਂ ਕਹਿ ਦਈਏ ਮਨਾ ਰਹੇ ਹਾਂ, ਬਹੁਤ ਸਾਰੇ ਕਹਿੰਦੇ ਆ ਸਾਡੇ ਪੇਪਰ ਸੀ ਜੀ ਸਾਨੂੰ ਪਤਾ ਨਹੀਂ, ਕਈਆਂ ਨੇ ਇਹ ਕਿਹਾ ਵੀ ਅਸੀਂ ਅਖਬਾਰ ਨਹੀਂ ਪੜ੍ਹਿਆ, ਅਸੀਂ ਨਿਊਜ਼ ਨਹੀਂ ਦੇਖੀ। ਤੁਹਾਨੂੰ ਕੀ ਲੱਗਦਾ ਕਿ ਇਹ ਯੂਥ 'ਚ ਕਮੀ ਆ, ਸਾਡੇ 'ਚ ਕਮੀ ਆ, ਜਾਂ ਇਹ ਕੁਦਰਤੀ ਗੱਲ ਆ ਕਿ ਨਹੀਂ ਉਹਨਾਂ ਨੂੰ ਪਤਾ ਹੈਗਾ ਇਸ ਚੀਜ਼ ਦਾ? ਨਹੀਂ ਨਹੀਂ, ਬਿਲਕੁਲ ਕਮੀ ਆ ਜੀ। ਦੇਖੋ, ਕਰੰਟ ਅਫੇਅਰ ਨਾਲ ਤਾਂ ਜੁੜ ਕੇ ਰਹਿਣਾ ਚਾਹੀਦਾ, ਅਤੇ ਇਸ ਟਾਈਮ ਪੰਜਾਬ ਯੂਨੀਵਰਸਿਟੀ 'ਚ ਸਟੂਡੈਂਟ ਬਹੁਤ ਲਾ ਲਓ ਤੁਸੀਂ ਆਪਣੇ ਪੰਜਾਬ ਦੇ ਟੋਟਲ 2% ਬੱਚੇ ਨੇ ਜਿਹੜੇ ਯੂਨੀਵਰਸਿਟੀ ਲੈਵਲ ਤੱਕ ਪਹੁੰਚਦੇ ਨੇ, ਅਤੇ ਜੇ ਇਹਨਾਂ ਨੂੰ ਨਹੀਂ ਪਤਾ ਯੂਨੀਵਰਸਿਟੀ ਲੈਵਲ ਦੇ ਬੱਚਿਆਂ ਨੂੰ ਵੀ ਆਪਣੇ ਪੰਜਾਬ 'ਚ ਕੀ ਹੋ ਰਿਹਾ, ਆਪਣੇ ਦੇਸ਼ 'ਚ ਕੀ ਹੋ ਰਿਹਾ, ਤਾਂ ਇਹ ਤਾਂ ਬਹੁਤ ਮਾੜੀ ਗੱਲ ਆ। ਇਹਨਾਂ ਨੂੰ ਤਾਂ ਘੱਟੋ ਘੱਟ ਇਹਨਾਂ ਨੂੰ ਤਾਂ ਅਵੇਅਰ ਹੋਣਾ ਚਾਹੀਦਾ ਯੂਨੀਵਰਸਿਟੀ ਲੈਵਲ ਦੇ ਸਟੂਡੈਂਟ। ਸੋ ਅੱਜ ਦੇ ਸ਼ੂਟ ਦੇ ਵਿੱਚ ਅਸੀਂ ਦੇਖਿਆ ਲੋਕਾਂ ਨਾਲ ਗੱਲਬਾਤ ਕਰਕੇ ਕਿ ਜਿਹੜਾ ਬਹੁਤ ਸਾਰੇ ਲੋਕ ਹੈ, ਜ਼ਿਆਦਾਤਰ ਜਿਹੜੀ ਗਿਣਤੀ ਹੈ ਉਹ RSS ਦੇ ਇਸ ਜਿਹੜਾ ਸਮਾਗਮ ਸੀਗਾ ਉਹਦੇ ਵਿਰੋਧ ਵਿੱਚ ਸੀਗੀ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸਾਨੂੰ ਅਕਾਲ ਤਖ਼ਤ ਦੇ ਸਭ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਆ। ਸੋ ਇਹਦੇ ਬਾਵਜੂਦ ਜਿਹੜੇ ਸਿੱਖ ਉੱਥੇ ਗਏ ਆ ਉਹਨਾਂ ਦੇ ਨਾਲ ਜਿਹੜੇ ਸ਼ਾਮਿਲ ਹੋ ਰਹੇ ਆ ਉਹਨਾਂ ਦਾ ਵੀ ਬਹੁਤ ਲੋਕਾਂ ਨੇ ਵਿਰੋਧ ਕੀਤਾ ਕਿ ਸ਼ਾਇਦ ਉਹਨਾਂ ਦਾ ਕੋਈ ਨਿੱਜੀ ਮੰਤਵ ਆ, ਅਤੇ ਇਹਦੇ ਬਾਰੇ ਹੁਣ ਅਗਲੀ ਰਣਨੀਤੀ RSS ਦੀ ਕੀ ਹੋਵੇਗੀ, ਜਾਂ ਅਕਾਲ ਤਖ਼ਤ ਸਾਹਿਬ ਤੋਂ ਅਗਲਾ ਕੀ ਹੁਕਮਨਾਮਾ ਆਉਂਦਾ, ਕੀ RSS ਅਜਿਹੇ ਸਮਾਗਮ ਅੱਗੇ ਨੂੰ ਹੋਰ ਜਾਰੀ ਰੱਖਦਾ, ਕੰਟੀਨਿਊ ਰੱਖਦਾ, ਜਾਂ ਇਹਨਾਂ ਤੋਂ ਕਿਸੇ ਕਿਸਮ ਦਾ ਸਾਨੂੰ ਟਰਨਿੰਗ ਪੁਆਇੰਟ ਮੋੜ ਮਿਲਦਾ ਇਹ ਸਾਰੇ ਪ੍ਰਕਰਨ ਬਾਰੇ, ਸਾਰੇ ਘਟਨਾਕ੍ਰਮ ਬਾਰੇ? ਨਿਗਾਹ ਇਸ ਚੀਜ਼ 'ਤੇ ਰਹੇਗੀ। ਤੁਸੀਂ ਜੁੜੇ ਰਹੋ ਸਪੋਕਸਮੈਨ TV ਦੇ ਨਾਲ।